ਸਤਿ ਸ਼੍ਰੀ ਅਕਾਲ ਦਰਸ਼ਕੋ, ਬਹੁਤ ਬਹੁਤ ਸਵਾਗਤ ਤੁਹਾਡੇ ਸਾਰਿਆਂ ਦਾ ਸਾਡੇ ਖਾਸ ਪ੍ਰੋਗਰਾਮ ਸਾਡੇ 300 ਸਾਲ ਗੁਰੂ ਦੇ ਨਾਲ। ਮੈਂ ਹਾਂ ਨਵਨੀਤ ਕੌਰ। ਪਿਛਲੇ ਦਿਨੀ ਧਰਮ ਪ੍ਰਚਾਰ ਕਮੇਟੀ ਅਕਾਲੀ ਦਲ ਜਮਸ਼ੇਦਪੁਰ ਵੱਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਰੋਜ਼ਾ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਅਤੇ ਕਥਾ ਵਾਚਕਾਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਦੇ ਨਾਲ ਨਿਹਾਲ ਕੀਤਾ। ਹੱਥ ਜੋੜ ਕੇ ਕਹਿੰਦਾ ਜੀ ਮੈਂ ਵੀ ਲਿਆਉਣੀਆਂ। ਹੱਸ ਪਏ ਘਰ ਪਾਤਸ਼ਾਹ, ਕਹਿੰਦੇ 10 ਦੇ ਦੇ, ਕਹਿੰਦਾ ਜੀ ਨਹੀਂ, ਕਹਿੰਦੇ 100 ਦੇ ਦੇ, ਕਹਿੰਦਾ ਜੀ ਨਹੀਂ ਮੈਂ ਨਹੀਂ ਲੈਣੀ। ਜਿਹੜੇ ਬਾਕੀ ਦੇ ਮਲਾ ਸੀ ਨਾ, ਕਹਿੰਦੇ ਵਿੱਚ ਕਿੱਦਾਂ ਲਾਲਚੀ, ਇਹਨੂੰ ਪਤਾ ਹੈ ਕਿ ਸਾਹਿਬ ਜੋ ਮੰਗ ਲਿਆ ਸਤਿਗੁਰਾਂ ਨੇ ਦੇਣਾ ਹੀ ਦੇਣਾ, ਇਹਨੂੰ ਪਤਾ ਹੈ ਵੇਖੋ ਲਾਲਚ ਕਿੱਦਾਂ। ਅਖੀਰ ਤੇ ਮੇਰੇ ਪਾਤਸ਼ਾਹ ਨੇ ਆਖਿਆ ਦਇਆ ਸਿੰਘ, ਜਿੰਨਾ ਧਨ ਤੇਰੇ ਕੋਲ ਸਾਰੇ ਦਾ ਸਾਰਾ ਦਿੰਦੇ ਨੇ, ਜਿੰਨਾ ਤੇਰੇ ਕੋਲ। ਭਾਈ ਦਇਆ ਸਿੰਘ ਨੇ ਸਾਰਾ ਧਨ ਕੱਢ ਕੇ ਅੱਗੇ ਰੱਖ ਦਿੱਤਾ, ਸਿੱਧਾ ਹੱਥ ਜੋੜ ਕੇ ਕਹਿੰਦਾ ਜੀ ਮੈਨੂੰ ਇਹ ਵੀ ਪ੍ਰਮਾਣ ਨਹੀਂ, ਇਹ ਵੀ ਮਨਜ਼ੂਰ ਨਹੀਂ, ਮੈਂ ਇਹ ਵੀ ਨਹੀਂ ਲੈਣਾ। ਪਰਖਿਆ, ਪੂਰਾ ਨਿਕਲਿਆ। ਅਖੀਰ ਤੇ ਹੱਸ ਕੇ ਮੇਰੇ ਬਾਦਸ਼ਾਹ ਨੇ ਆਖਿਆ ਸਿੱਧਿਆ ਤੈਨੂੰ ਕੀ ਚਾਹੀਦਾ, ਤੂੰ ਮੰਗ, ਤੈਨੂੰ ਕੀ ਚਾਹੀਦਾ। ਤੇ ਦੋਵੇਂ ਹੱਥ ਜੋੜ ਕੇ ਕਹਿੰਦਾ ਸੱਜੇ ਬਾਦਸ਼ਾਹ, ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ। ਸੱਚੇ ਪਾਤਸ਼ਾਹ, ਅੱਜ ਤੁਸੀਂ ਮੇਰੀ ਇਸ ਬੇੜੀ ਵਿੱਚ ਬੈਠੇ, ਤੁਸੀਂ ਆਏ, ਮੈਂ ਆਪਣਾ ਹੱਥ ਅੱਗੇ ਕੀਤਾ, ਤੁਸੀਂ ਮੇਰਾ ਹੱਥ ਫੜ ਲਿਆ ਤੇ ਮੈਂ ਤੁਹਾਨੂੰ ਬੇੜੀ ਵਿੱਚ ਸਵਾਰ ਕਰ ਲਿਆ। ਪਾਤਸ਼ਾਹ, ਧਨ ਦੌਲਤ ਦੀ ਲੋੜ ਨਹੀਂ, ਉਹ ਦਿਨ ਵੀ ਨੇੜੇ ਆ ਜਿਸ ਦਿਨ ਮੈਂ ਤੁਹਾਡੇ ਜਹਾਜ਼ ਤੇ ਚੜ੍ਹਨ ਵਾਸਤੇ ਆਉਣਾ ਹੈ, ਉਸ ਦਿਨ ਆਪਣੀ ਉਂਗਲ ਅੱਗੇ ਕਰਕੇ ਮੈਨੂੰ ਉਂਗਲ ਫੜਾ ਕੇ ਤੇ ਆਪਣੇ ਜਹਾਜ਼ ਤੇ ਚੜ੍ਹਾ ਦੇ, ਕੁਝ ਹੋਰ ਨਹੀਂ। ਸੱਚੇ ਪਾਤਸ਼ਾਹ, ਸਮਾਂ ਮੇਰੇ ਤੇ ਵੀ ਆਉਣਾ ਹੈ, ਜਹਾਜ਼ ਮੈਂ ਵੀ ਤੁਹਾਡੇ ਚੜ੍ਹਨ ਲਈ ਕਿਨਾਰੇ ਤੇ ਖੜਾ ਹੋਵਾਂਗਾ, ਆਪਣੀ ਉਂਗਲ ਮੈਨੂੰ ਫੜਾ ਕੇ ਉਸ ਜਹਾਜ਼ ਤੇ ਚੜ੍ਹਾ ਦਿਓ, ਕੁਝ ਹੋਰ ਮੰਗਦਾ। ਇਹ ਸੱਚਾਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰ, ਸਮੇਂ ਦੀ ਸਮਾਪਤੀ ਹੈ। ਤੋ
ਮੇਰੇ ਪਿਆਰਿਆ ਜਾ ਚੱਕ ਮੰਦੇ ਦਾਨ ਮੇਰੇ ਪਿਆਰਿਆ ਮੌਕੇ ਧਰਮ ਪ੍ਰਚਾਰ ਕਮੇਟੀ ਅਕਾਲੀ ਦਲ ਜਮਸ਼ੇਦਪੁਰ ਵੱਲੋਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸ਼ੈਲਿੰਦਰ ਸਿੰਘ, ਘੱਟ ਗਿਣਤੀ ਕਮਿਸ਼ਨ ਝਾਰਖੰਡ ਦੇ ਉਪ ਪ੍ਰਧਾਨ ਗੁਰਦੇਵ ਸਿੰਘ ਰਾਜਾ, ਸੈਂਟਰਲ ਗੁਰਦੁਆਰਾ ਕਮੇਟੀ ਜਮਸ਼ੇਦਪੁਰ ਦੇ ਪ੍ਰਧਾਨ ਇੰਦਰਜੀਤ ਸਿੰਘ, ਕੁਲਵੰਤ ਸਿੰਘ ਬੰਟੀ ਅਤੇ ਹੋਰ ਪਤਵੰਤ ਸੱਜਣਾਂ ਦਾ ਸਨਮਾਨ ਕੀਤਾ ਗਿਆ। ਬੋਲੇ ਸੋ ਨਿਹਾਲ ਭਾਈ ਸਾਹਿਬ, ਭਾਈ ਪਰਮਜੀਤ ਸਿੰਘ ਜੀ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਕਮੇਟੀ ਵੱਲੋਂ ਝਾਰਖੰਡ ਦੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਾਗ੍ਰਿਤੀ ਯਾਤਰਾ ਦੇ ਵਿੱਚ ਸਹਿਯੋਗ ਦੇਣ ਵਾਲੇ ਸੱਜਣਾਂ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਗੁਰੂ ਰੂਪ ਪਰਮ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਅਰਦਾਸ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਨਾਲ ਸਾਡੇ ਜਿੰਨੇ ਵੀ ਪ੍ਰੋਗਰਾਮ ਜਮਸ਼ੇਦਪੁਰ ਵਿੱਚ, ਬਿਹਾਰ ਵਿੱਚ, ਪੂਰੇ ਹਿੰਦੁਸਤਾਨ ਵਿੱਚ ਹੋ ਰਹੇ ਹਨ, ਬਹੁਤ ਅੱਛੇ ਅੱਛੇ ਪ੍ਰੋਗਰਾਮ ਹੋ ਰਹੇ ਹਨ। ਸੋ ਸਾਰਿਆਂ ਦਾ ਹੀ ਪਹਿਲਾਂ ਤੋਂ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕਰਦੇ ਹਾਂ। ਨਾਲ ਹੀ ਨਾਲ ਦਾਸ, ਇਸ ਮੌਕੇ 'ਤੇ ਆਪ ਜੀ ਨੂੰ ਇਹ ਜਾਣਕਾਰੀ ਦੇਣਾ ਬਹੁਤ ਹੀ ਜ਼ਰੂਰੀ ਸਮਝਦਾ ਹੈ ਕਿ ਆਪ ਜੀ ਸਾਰੇ ਹੀ ਜਾਣੂ ਹੋ ਕਿ 5 ਜਨਵਰੀ 2017 ਵਿੱਚ ਗੁਰੂ ਮਹਾਰਾਜ ਦਾ 350 ਸਾਲਾ ਗੁਰਪੁਰਬ ਜਿਹੜਾ ਹੈ ਪੂਰੇ ਵਿਸ਼ਵ ਵਿੱਚ ਜਿਹੜਾ ਹੈ ਉਹ ਮਨਾਇਆ ਗਿਆ ਹੈ। ਕਿਉਂਕਿ ਗੁਰੂ ਮਹਾਰਾਜ ਦਾ ਪ੍ਰਕਾਸ਼ ਅਸਥਾਨ ਪਟਨਾ ਸਾਹਿਬ ਵਿਖੇ ਹੈ ਸੀ, ਇਸ ਕਾਰਨ ਜਿਹੜਾ ਹੈ ਮੇਨ ਪ੍ਰੋਗਰਾਮ ਜਿਹੜਾ ਹੈ ਪਟਨਾ ਸਾਹਿਬ ਵਿਖੇ ਹੋਇਆ ਹੈ। ਆਪ ਜੀ ਨੂੰ ਇਹ ਵੀ ਯਾਦ ਹੋਏਗਾ ਕਿ 13 ਅਕਤੂਬਰ ਨੂੰ ਜਿਹੜਾ ਇੱਕ ਜਾਗ੍ਰਿਤੀ ਯਾਤਰਾ ਗੁਰੂ ਮਹਾਰਾਜ ਨੂੰ ਸਮਰਪਿਤ ਕੱਢੀ ਗਈ ਸੀ, ਜਿਸ ਦੇ ਵਿੱਚ ਲਗਾਤਾਰ 65 ਦਿਨ ਤੱਕ ਪੂਰੇ ਹਿੰਦੁਸਤਾਨ ਦੇ ਅਲੱਗ ਅਲੱਗ ਵੱਖਰੇ ਵੱਖਰੇ ਪ੍ਰਦੇਸ਼ਾਂ ਵਿੱਚ ਹੋ ਕੇ ਫਿਰ 18 ਦਸੰਬਰ ਨੂੰ ਜਿਹੜਾ ਹੈ ਉਹ ਆਪਣੇ ਪਟਨਾ ਸਾਹਿਬ ਵਿਖੇ ਉਹਦੀ ਸਮਾਪਤੀ ਹੋਈ ਸੀ। ਇਸ ਦੇ ਵਿੱਚ ਸਾਡੇ ਜਿੰਨੇ ਹੀ ਹਿੰਦੁਸਤਾਨ ਦੇ ਗੁਰਦੁਆਰੇ ਹਨ ਜਿੱਥੋਂ ਜਿੱਥੋਂ ਵੀ ਜਾਗ੍ਰਿਤੀ ਯਾਤਰਾ ਪਾਰ ਕੀਤੀ ਹੈ ਉਹਨਾਂ ਦਾ ਬੜਾ ਹੀ ਭਰਵਾਂ ਸਹਿਯੋਗ ਮਿਲਿਆ ਹੈ। ਔਰ ਉਹਦੇ ਵਿੱਚ ਹੀ ਜਿਹੜਾ ਹੈ ਟਾਟਾ ਨਗਰ ਵੀ ਜਿਹੜਾ ਹੈ ਜਦੋਂ ਜਾਗ੍ਰਿਤੀ ਯਾਤਰਾ ਇੱਥੇ ਪਹੁੰਚੀ ਹੈ, ਸੋ ਇੱਥੇ ਵੀ ਜਿਹੜਾ ਹੈ ਭਰਵਾਂ ਸਹਿਯੋਗ ਜਿਹੜਾ ਹੈ ਉਹ ਮਿਲਿਆ ਹੈ।
ਇਹ ਆਪ ਸਾਰੇ ਹੀ ਜਾਣੂ ਹੋ। ਦਾਸ ਆਪ ਜੀ ਨੂੰ ਇਹ ਵੀ ਦੱਸਣਾ ਚਾਹੇਗਾ ਕਿ ਜਿਹੜਾ ਪੰਜੀ ਦਸੰਬਰ ਤੋਂ ਲੈ ਕੇ ਔਰ ਆਪਣਾ 6 ਜਨਵਰੀ ਤੱਕ ਜਿਹੜੇ ਪ੍ਰੋਗਰਾਮ ਪਟਨਾ ਸਾਹਿਬ ਵਿਖੇ ਹੋਏ ਨੇ, ਉਹਨਾਂ ਵਿੱਚ ਇਹਨਾਂ 10 ਦਿਨਾਂ ਦੇ ਅੰਦਰ 50 ਲੱਖ ਲੋਕ ਜਿਹੜਾ ਹੈ ਉਹ ਪਟਨਾ ਸਾਹਿਬ ਵਿਖੇ ਪਹੁੰਚੇ ਹਨ। ਸਾਡੀ ਪ੍ਰਬੰਧਕ ਕਮੇਟੀ ਦੇ ਵਿੱਚ ਆਪ ਜੀ ਸਾਰੇ ਹੀ ਜਾਣੂ ਹੋ ਕਿ ਸਾਡੇ ਪ੍ਰਧਾਨ ਸਾਹਿਬ ਅਵਤਾਰ ਸਿੰਘ ਮੱਕੜ ਜੀ, ਜਿਹੜੇ ਕਿ ਉਹਨਾਂ ਦੀ ਤਬੀਅਤ ਫਿਲਹਾਲ ਖਰਾਬ ਰਹਿੰਦੀ ਹੈ, ਸੋ ਇਸ ਕਾਰਨ ਉਹਨਾਂ ਨੇ ਸਾਰੀ ਜ਼ਿੰਮੇਵਾਰੀ, ਕਿਉਂਕਿ ਦਾਸ ਸੀਨੀਅਰ ਮੀਤ ਪ੍ਰਧਾਨ ਸੀ, ਇਸ ਕਾਰਨ ਜਿਹੜਾ ਹੈ ਕਾਰਵਾਕ ਪ੍ਰਧਾਨ ਦੇ ਰੂਪ ਵਿੱਚ ਦਾਸ ਨੂੰ ਜ਼ਿੰਮੇਵਾਰੀ ਉਹਨਾਂ ਨੇ ਸੌਂਪੀ। ਮੇਰੇ ਨਾਲ ਹੀ ਜਿਹੜਾ ਹੈ ਸਾਡੀ ਜੂਨੀਅਰ ਮੀਤ ਪ੍ਰਧਾਨ ਹੈ ਕਮਲਜੀਤ ਕੌਰ ਜੀ, ਨਾਲ ਹੀ ਨਾਲ ਸਾਡੇ ਜਨਰਲ ਸਕੱਤਰ ਸਰਜਿੰਦਰ ਸਿੰਘ ਜੀ ਨੇ, ਨਾਲ ਹੀ ਨਾਲ ਸਾਡੇ ਇੱਕ ਸਕੱਤਰ ਨੇ ਮਹਿੰਦਰ ਸਿੰਘ ਜੀ ਛਾਵੜਾ ਸਾਹਿਬ, ਅਤੇ ਹੋਰ ਜਿਹੜੇ ਸਾਡੇ ਮੈਂਬਰਾਨ ਨੇ ਡਾਕਟਰ ਗੁਰਮੀਤ ਸਿੰਘ ਜੀ, ਡਾਕਟਰ ਸਾਡੇ ਸ਼ਤਾਬਦੀ ਕਮੇਟੀ ਦੇ ਚੇਅਰਮੈਨ ਸਾਡੇ ਗੁਰਿੰਦਰਪਾਲ ਸਿੰਘ ਜੀ, ਪ੍ਰਿਤਪਾਲ ਸਿੰਘ ਜੀ ਕਲਕੱਤਾ, ਇਸ ਤਰ੍ਹਾਂ ਹੋਰ ਸਾਡੇ ਸਾਰੇ ਜਿਹੜੇ ਮੈਂਬਰ ਨੇ ਉਹਨਾਂ ਦਾ ਵੀ ਬੜਾ ਭਰਵਾਂ ਸਹਿਯੋਗ ਮਿਲਿਆ, ਔਰ ਅੱਜ ਜਿਹੜਾ ਹੈ ਅਸੀਂ ਉਹ ਕਾਮਯਾਬ ਕਰਨ 'ਚ ਅਸੀਂ ਸਾਰੇ ਹੀ ਚਰਨਜੀਤ ਸਿੰਘ ਜੀ ਔਰ ਉਹਨਾਂ ਦੇ ਸਾਥੀ ਸਾਰਿਆਂ ਦਾ ਹੀ ਬੜਾ ਸਹਿਯੋਗ ਮਿਲਿਆ ਹੈ, ਸੋ ਅਸੀਂ ਉਹਨਾਂ ਦਾ ਸਾਰਿਆਂ ਦਾ ਵੀ ਜਿਹੜਾ ਹੈ ਧੰਨਵਾਦ ਇਸ ਮੌਕੇ 'ਤੇ ਕਰਨਾ ਚਾਹਾਂਗੇ। ਨਾਲ ਹੀ ਨਾਲ ਦਾਸ ਜਿਹੜਾ ਹੈ ਆਪ ਜੀ ਸਾਰੇ ਜਾਣੂ ਹੋ ਕਿ ਸਾਡੇ ਇੱਥੇ ਟਾਟਾ ਨਗਰ ਜਿਹੜੇ ਹੈ ਕੁੱਲ ਜਿਹੜਾ ਹੈ 34 ਗੁਰਦੁਆਰਾ ਪ੍ਰਬੰਧਕ ਕਮੇਟੀਆਂ ਹਨ। ਉਹਦੇ ਬਾਅਦ ਸਾਡੀ ਆਪਣੀ ਇੱਕ ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ 1943 ਵਿੱਚ ਸਾਡੇ ਬਜ਼ੁਰਗਾਂ ਨੇ ਬਣਾਈ ਔਰ ਉਸ ਵਿਰਾਸਤ ਨੂੰ ਅਸੀਂ ਢੋ ਰਹੇ ਹਾਂ ਔਰ ਅਸੀਂ ਇਹੋ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਆਪਣਾ ਸਮਾਜ ਇਕਜੁੱਟ ਕਰਕੇ ਕਿਸੇ ਤਰ੍ਹਾਂ ਜਿਹੜਾ ਹੈ ਅਸੀਂ ਸਾਰੇ ਚੱਲੀਏ। ਔਰ ਇਹ ਇੱਕ ਜਾਣਕਾਰੀ ਦੱਸ ਦੇਣਾ ਚਾਹੇਗਾ ਕਿ ਇਹ ਜਿਹੜਾ ਪ੍ਰੋਗਰਾਮ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ 350 ਸਾਲਾਂ, ਇਹ ਜਿਹੜਾ ਹੈ ਅਸੀਂ 5 ਜਨਵਰੀ ਤੋਂ ਸ਼ੁਰੂ ਕੀਤਾ ਹੈ, ਇਹ 5 ਦਸੰਬਰ ਤੱਕ ਜਿਹੜਾ ਹੈ ਇਹ ਸਾਲ ਭਰ ਜਿਹੜਾ ਹੈ ਇਹ ਸ਼ਤਾਬਦੀ ਅਸੀਂ ਮਨਾਉਣੀ ਹੈ ਔਰ ਇਹ ਅਸੀਂ ਐਲਾਨ ਉੱਥੇ ਪਟਨਾ ਸਾਹਿਬ ਮੀਟਿੰਗ ਹੋਈ ਸੀ ਉਹਦੇ ਵਿੱਚ ਅਸੀਂ ਕਰ ਦਿੱਤਾ ਹੈ। ਸੋ ਅਸੀਂ ਜਿੱਥੇ ਵੀ ਸੰਗਤਾਂ ਕਹਿਣਗੀਆਂ ਅਸੀਂ ਆਪਣੇ ਤਖ਼ਤ ਸਾਹਿਬ ਤੋਂ ਵੀ ਜਿਹੜੇ ਸਾਡੇ ਰਾਗੀ ਜਥੇ, ਕੀਰਤਨੀ ਜਥੇ, ਸਾਡੀ ਜਥੇ ਜੋ ਵੀ ਹੈ ਜਿੱਥੇ ਵੀ ਉਹ ਮੰਗਣਗੇ ਅਸੀਂ ਜਿਹੜਾ ਹੈ ਉਹ ਅਸੀਂ ਭੇਜਾਂਗੇ ਔਰ ਇਹ ਸਾਰੇ ਪ੍ਰੋਗਰਾਮ ਜਿਹੜਾ ਹੈ 5 ਦਸੰਬਰ ਤੱਕ ਅਸੀਂ ਜਿਹੜਾ ਹੈ ਲੈ ਕੇ ਚੱਲਣਾ ਹੈ, ਕਿਉਂਕਿ ਆਪ ਜੀ ਜਾਣੂ ਹੋ ਕਿ 5 ਦਸੰਬਰ ਨੂੰ ਹੀ ਗੁਰੂ ਮਹਾਰਾਜ ਦਾ ਜਿਹੜਾ ਹੈ ਪ੍ਰਕਾਸ਼ ਉਤਸਵ ਫਿਰ ਹੈਗਾ 5 ਦਸੰਬਰ ਨੂੰ। ਸੋ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਸਾਰਿਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ। ਸੋ ਦਾਸ ਨਾ ਬੋਲਦੇ ਹੋਏ ਇੱਕ ਬੇਨਤੀ ਹੋਰ ਦਾਸ ਜ਼ਰੂਰ ਕਰਨਾ ਚਾਹੇਗਾ ਕਿ ਵਾਹਿਗੁਰੂ ਦੀ ਬੜੀ ਕਿਰਪਾ ਹੋਈ ਹੈ ਔਰ ਨਾਲ ਹੀ ਨਾਲ ਸਾਡੇ ਇੱਥੇ ਦੇ ਸਤਿਕਾਰਯੋਗ ਮੁੱਖ ਮੰਤਰੀ ਰਘੂਵਰ ਦਾਸ ਜੀ, ਜਿਹੜੇ ਕਿ ਆਪ ਜੀ ਸਾਰੇ ਹੀ ਜਾਣੂ ਹੋ ਕੇ ਇੱਕ ਪ੍ਰੋਗਰਾਮ ਜਿਹੜਾ ਹੈ ਸ਼ਤਾਬਦੀ ਦੇ ਨਾਂ 'ਤੇ 350 ਸਾਲਾਂ ਜਿਹੜਾ ਹੈ ਗੋਪਾਲ ਮੈਦਾਨ ਦੇ ਵਿੱਚ ਮਨਾਇਆ ਗਿਆ, ਜਿਸ ਦੇ ਵਿੱਚ ਉਹਨਾਂ ਦਾ ਜਿਹੜੀ ਸੋਚ ਸੀਗੀ ਉਹਦੇ ਅਨੁਕੂਲ ਜਿਹੜਾ ਹੈ ਕਾਫੀ ਸੰਗਤਾਂ ਇੱਥੇ ਇਕੱਠੀਆਂ ਹੋਈਆਂ ਔਰ ਪ੍ਰੋਗਰਾਮ ਸਾਡਾ ਬੜਾ ਕਾਮਯਾਬ ਰਿਹਾ। ਉਹ ਜਿਹੜਾ ਪ੍ਰੋਗਰਾਮ ਹੈ ਰਘੂਵਰ ਦਾਸ ਜੀ ਸਰਕਾਰ ਦੁਆਰਾ ਕੀਤਾ ਗਿਆ ਸੀ, ਸੋ ਉਹਦੇ ਸਾਰੇ ਲੋਕਾਂ ਦਾ ਸਾਡਾ ਬੜਾ ਉਹਦੇ 'ਚ ਸਹਿਯੋਗ ਰਿਹਾ, ਆਪ ਜੀ ਦਾ ਸਾਰਿਆਂ ਦਾ ਸਹਿਯੋਗ ਰਿਹਾ ਔਰ ਨਾਲ ਹੀ ਨਾਲ ਖੁਸ਼ੀ ਦੀ ਇਹ ਵੀ ਗੱਲ ਹੈ ਕਿ ਸਾਡੇ ਵਿੱਚ ਜਿਹੜਾ ਹੈ ਰਘੂਵਰ ਦਾਸ ਜੀ ਨੇ ਇੱਕ ਨਵਾਂ ਤੋਹਫ਼ਾ ਸਾਨੂੰ ਦਿੱਤਾ ਹੈ। ਬਹੁਤ ਸਾਲਾਂ ਤੋਂ ਇਹ ਸਾਡੀ ਮੰਗ ਹੋ ਰਹੀ ਸੀਗੀ ਕਿ ਸਾਡੇ ਸਿੱਖਾਂ ਦੇ ਵਿੱਚ ਜਿਹੜਾ ਹੈ ਇੱਕ ਪ੍ਰਤੀਨਿਧੀ ਅਲਪਸੰਖਿਅਕ ਆਯੋਗ ਦੇ ਵਿੱਚ ਸਾਡਾ ਇੱਕ ਵਾਈਸ ਚੇਅਰਮੈਨ ਹੋਣਾ ਚਾਹੀਦਾ ਹੈ ਔਰ ਸਾਡੇ ਵਿੱਚ ਹੀ ਸਾਡੇ ਗੁਰਦੇਵ ਸਿੰਘ ਜੀ ਰਾਜਾ, ਜਿਹੜੇ ਕਿ ਇੱਥੇ ਦੇ ਆਪਣੇ ਸਾਖੀ ਗੁਰਦੁਆਰੇ ਦੇ ਕਾਰਕਾਰੀ ਪ੍ਰਧਾਨ 4-5 ਦਿਨਾਂ ਤੱਕ ਪਹਿਲਾਂ ਤੱਕ ਰਹੇ, ਸਾਲ ਭਰ ਉਹਨਾਂ ਨੇ ਪ੍ਰਧਾਨਗੀ ਕੀਤੀ ਇੱਥੇ ਔਰ ਬਹੁਤ ਅੱਛੇ ਤਰੀਕੇ ਦੇ ਨਾਲ ਕੀਤੀ, ਬਹੁਤ ਸਰਾਹਨੀਏ ਉਹਨਾਂ ਨੇ ਕੰਮ ਕੀਤੇ ਔਰ ਉਸਦੇ ਵਿੱਚ ਜਿਹੜਾ ਹੈ ਉਹ ਸੇਵਾ ਜਿਹੜੀ ਹੈ ਵਾਈਸ ਚੇਅਰਮੈਨ ਦੀ ਜਿਹੜੀ ਸੇਵਾ ਹੈ ਉਹ ਗੁਰਦੇਵ ਸਿੰਘ ਰਾਜਾ ਜੀ ਨੂੰ ਰਘੂਵਰ ਦਾਸ ਜੀ ਹੋਣਾ ਨੇ ਸੌਂਪੀ ਆ
ਇਹ ਸਾਡੇ ਵਾਸਤੇ ਜਮਸ਼ੇਦਪੁਰ ਵਾਸਤੇ ਗਰਵ ਦੀ ਗੱਲ ਹੈ। ਸੋ ਅਸੀਂ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਗੁਰਦੇਵ ਸਿੰਘ ਜੀ ਰਾਜਾ ਸਾਹਿਬ ਉਹ ਆ ਜਾਣ, ਉਹਨਾਂ ਨੂੰ ਜਿਹੜਾ ਹੈ ਅਸੀਂ ਸਨਮਾਨ ਕਰਨਾ ਹੈ। ਮੈਂ ਨਾਲ ਹੀ ਬੇਨਤੀ ਕਰਾਂਗਾ ਸਾਡੇ ਪ੍ਰਧਾਨ ਸਾਹਿਬ ਇੰਦਰਜੀਤ ਸਿੰਘ ਜੀ ਸੈਂਟਰ ਦੇ, ਉਹ ਆ ਜਾਣ, ਉਹਨਾਂ ਨਾਲ ਅਸੀਂ ਮਿਲ ਕੇ ਸਾਡੇ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ, ਸਾਡੇ ਇਸਤਰੀ ਸ਼ਾਸਕ ਸਭਾ ਦੇ ਪ੍ਰਧਾਨ ਬੀਬੀ ਕਮਲਜੀਤ ਕੌਰ ਜੀ, ਚੇਅਰਮੈਨ ਦਲਵੀਰ ਕੌਰ ਜੀ, ਔਰ ਸਾਡੇ ਨੌਜਵਾਨ ਸਭਾ ਦੇ ਜਿਹੜੇ ਚੇਅਰਮੈਨ ਨੇ ਉਹ ਲੋਕ, ਹੋਰ ਇਹ ਆ ਜਾਣ, ਇਹ ਇਹਨਾਂ ਨੂੰ ਅਸੀਂ ਰਾਇਆ, ਹੋਰ ਸਾਰੀਆਂ ਸਮਝੋ ਕਿ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਇਹ ਮਾਣ ਅਸੀਂ ਦੇ ਰਹੇ ਹਾਂ। ਔਰ ਇੱਕ ਬੇਨਤੀ ਹੈ ਅਕਾਲੀ ਦਲ ਵੱਲੋਂ, ਉਹਨਾਂ ਦੀ ਉਹ ਲਿਖੀ ਹੋਈ ਸੀ ਉਹ 'ਚ ਭੁੱਲ ਗਏ, ਬੀਬੀ ਕਮਲਜੀਤ ਕੌਰ ਜਿਹੜੀ ਸੈਕਟਰੀ ਸੀ ਸਤਸੰਗ ਸਭਾ ਦੇ ਪ੍ਰਧਾਨ ਨੇ, ਉਹਨਾਂ ਨੂੰ ਇੱਕ ਸਰੋਪਾ ਉਹਨਾਂ ਨੇ ਦੇਣਾ ਹੈ, ਉਹ ਆ ਕੇ ਆਪਣਾ ਸਰੋਪਾ ਵੀ ਲੈ ਜਾਣ। ਸੋਨਿਹਾਲ ਜਿਹੜਾ ਹੈ ਸਾਰੀਆਂ ਕਮੇਟੀਆਂ ਨੂੰ ਸਨਮਾਨ ਦੇਣਾ ਹੈ। ਉਹਦੇ ਬਾਅਦ ਜਿਹੜੀ ਜਾਗਰਤੀ ਯਾਤਰਾ ਵਿੱਚ ਸਾਡੀਆਂ ਬੀਬੀਆਂ ਭੈਣਾਂ ਗਈਆਂ ਹਨ, ਸਾਡੇ ਇੱਥੇ ਗਏ ਨੇ, ਉਹਨਾਂ ਨੂੰ ਅਸੀਂ ਸਨਮਾਨ ਦੇਣਾ। ਇੱਕ ਬੇਨਤੀ ਜ਼ਰੂਰ ਹੈ, ਇਹ ਜਿਹੜਾ ਪ੍ਰੋਗਰਾਮ ਹੈ ਇਹ ਬੜਾ ਮਹੱਤਵਪੂਰਨ ਪ੍ਰੋਗਰਾਮ ਹੈ। ਸਾਡੇ ਗੁਰਦਿਆਲ ਸਿੰਘ ਜੀ ਜਿਹੜੇ ਕਿ ਸਾਡੇ ਸਤਿਕਾਰਯੋਗ ਪਟਿਆ ਸਾਹਿਬ ਜਿਹੜੇ ਨੇ ਉਹ ਕਿਰਪਾ ਕਰਕੇ ਇੱਥੇ ਸਟੇਜ 'ਤੇ ਆਉਣ। ਸੋ ਉਹਨਾਂ ਦੇ ਦੁਆਰਾ ਜਿਹੜਾ ਹੈ ਅਸੀਂ ਜਿਹੜਾ ਹੈ ਕੁਛ ਸ਼ੀਲਡਾਂ ਜਿਹੜੀਆਂ ਹਨ ਉਹਨਾਂ ਦੇ ਮਾਧਿਅਮ ਦੇ ਨਾਲ ਅਸੀਂ ਦੇਣੀਆਂ ਹਨ। ਬੁਲੇ ਸੋਨਿਹਾਲ ਸਿੰਘ ਜੀ ਜਨਰਲ ਸਕੱਤਰ ਅਤੇ ਹੋਰ ਉਹਨਾਂ ਦੇ ਹਰਜੀਤ ਸਿੰਘ ਜੀ ਜਿਹੜੇ ਹਨ ਉਹ ਕਿਰਪਾ ਕਰਕੇ ਆ ਜਾਣ, ਉਹ ਆਪਣਾ ਸਨਮਾਨ ਲੈ ਕੇ ਜਾਣ। ਬੁਲੇ ਸੋਨਿਹਾਲ। ਸੋ ਮੈਂ ਬੇਨਤੀ ਕਰਾਂਗਾ ਸੈਂਟਰਲ ਸਿੱਖ ਇਸਤਰੀ ਸਤਸੰਗ ਸਭਾ ਦੀ ਪ੍ਰਧਾਨ ਬੀਬੀ ਕਮਲਜੀਤ ਕੌਰ, ਚੇਅਰਮੈਨ ਦਲਵੀਰ ਕੌਰ, ਜਨਰਲ ਸਕੱਤਰ ਸੁਖਜੀਤ ਕੌਰ, ਜਨਰਲ ਸਕੱਤਰ ਰਵਿੰਦਰ ਕੌਰ, ਮਾਤਾ ਸੀਨੀਅਰ ਮੀਤ ਪ੍ਰਧਾਨ ਮਾਤਾ ਗੁਰਮੀਤ ਕੌਰ ਅਤੇ ਹੋਰ ਜਿਹੜੀਆਂ ਉਹਨਾਂ ਦੇ ਕੈਬਨਿਟ ਦੇ ਹਨ ਉਹ ਕਿਰਪਾ ਕਰਕੇ ਸੈਂਟਰ ਇਸਤਰੀ ਸਤਸੰਗ ਸਭਾ ਵੱਲੋਂ ਜਿਹੜਾ ਹੈ ਉਹ ਸਨਮਾਨ ਜਿਹੜਾ ਹੈ। ਬੁਲੇ ਸੋਨਿਹਾਲ। ਸਤਿੰਦਰ ਸਿੰਘ ਰੋਮੀ, ਚੇਅਰਮੈਨ ਬਲਬੀਰ ਸਿੰਘ ਬਬਲੂ, ਆਪਣਾ ਜਸਬੀਰ ਸਿੰਘ ਛੀਰੇ ਅਤੇ ਉਹਨਾਂ ਦੇ ਜਨਰਲ ਸਕੱਤਰ ਇੰਦਰ ਸਿੰਘ ਅਤੇ ਹੋਰ ਜਿਹੜੇ ਉਹਨਾਂ ਦੇ ਸਹਿਯੋਗੀ ਨੇ, ਅਗਰ ਉਹ ਇੱਥੇ ਹੋਣ ਤਾਂ ਉਹ ਆਪਣਾ ਸਨਮਾਨ ਜਿਹੜਾ ਹੈ ਉਹ ਲੈ ਜਾਣ। ਬੁਲੇ ਸੋਨਿਹਾਲ। ਸੋ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਸਾਕੀ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਸੋਨਿਹਾਲ। ਬੁਲੇ ਸੋਨਿਹਾਲ। ਬੁਲੇ ਸੋਨਿਹਾਲ। ਬੁਲੇ ਸੋਨਿਹਾਲ। 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 ਬੁਲੇ ਸੋਨਿਹਾਲ। ਸੋਨਿਹਾਲ। ਬੁਲੇ ਸੋਨਿਹਾਲ। ਬੁਲੇ ਸੋਨਿਹਾਲ। ਬੁਲੇ ਸੋਨਿਹਾਲ। ਬੁਲੇ ਸੋਨਿਹਾਲ। ਮੈਂ ਬੇਨਤੀ ਕਰਾਂਗਾ ਸੀਤਾਰਾਮ ਡੇਰਾ ਦੇ ਪ੍ਰਧਾਨ ਸਾਹਿਬ ਸਰਦਾਰ ਕਰਮ ਸਿੰਘ ਜੀ ਅਤੇ ਉਹਨਾਂ ਦੇ ਹੋਰ ਜਿਹੜੇ ਇੱਥੇ ਸਾਥੀ ਅਗਰ ਆਏ ਹੋਣ ਉਹ ਕਿਰਪਾ ਕਰਕੇ ਆਪਣਾ ਸਨਮਾਨ ਲੈ ਜਾਣ। ਸਰਦਾਰ ਕਰਮ ਸਿੰਘ ਜੀ ਪ੍ਰਧਾਨ ਸਾਹਿਬ ਸੀਤਾਰਾਮ ਡੇਰਾ।
ਬੁਲੇ ਸੋ ਨਿਹਾਲ। ਸੰਤ ਕੁਟੀਆ ਗੁਰਦੁਆਰਾ ਦੇ ਪ੍ਰਧਾਨ ਸਾਹਿਬ ਸਰਦਾਰ ਸਰਦੂਲ ਸਿੰਘ ਜੀ, ਸੀਨੀਅਰ ਮੀਤ ਪ੍ਰਧਾਨ ਕਿਰਪਾਲ ਸਿੰਘ ਜੀ ਭਾਰਦਵਾਜ, ਨਾਲ ਹੀ ਉਹਨਾਂ ਦੇ ਜਸਵੀਰ ਸਿੰਘ ਜੀ ਅੰਕੁਰ ਵਾਲੇ ਜਨਰਲ ਸਕੱਤਰ ਅਤੇ ਹੋਰ ਉਹਨਾਂ ਦੇ ਸਾਥੀ ਜਸਵੀਰ ਸਿੰਘ ਜੀ ਜਿਹੜੇ ਉਹਨਾਂ ਉੱਥੋਂ ਹੀ ਬਿਲੋਂਗ ਕਰਦੇ ਨੇ, ਜਸਵੀਰ ਸਿੰਘ ਜੀ ਉਹ ਵੀ ਕਿਰਪਾ ਕਰਕੇ ਆ ਜਾਣ ਔਰ ਆਪਣਾ ਸਨਮਾਨ ਲੈਣ। ਬੁਲੇ ਸੋ ਨਿਹਾਲ। ਮੈਂ ਬੇਨਤੀ ਕਰਾਂਗਾ ਬਰੀਡੀ ਗੁਰਦੁਆਰੇ ਦੇ ਸਰਦਾਰ ਬਲਵੀਰ ਸਿੰਘ ਜੀ, ਅਮਰਜੀਤ ਸਿੰਘ ਜੀ, ਉਹਨਾਂ ਦੇ ਨਾਲ ਹੋਰ ਵੀ ਜਿਹੜੇ ਸਾਥੀ ਆਏ ਨੇ, ਬੁਲੇ ਸੋ ਨਿਹਾਲ। ਮੈਂ ਬੇਨਤੀ ਕਰਾਂਗਾ ਪ੍ਰਕਾਸ਼ ਨਗਰ ਆਪਣੇ ਟੈਲਕੋ ਉਹਨਾਂ ਦੇ ਪ੍ਰਧਾਨ ਸਾਹਿਬ ਦਲਵੀਰ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਦੇ ਆਪਣੇ ਉੱਥੇ ਦੀ ਸੰਗਤ ਜਿਹੜੇ ਨੇ ਉਹ ਆਪਣੇ ਆਪਣਾ ਜਾ ਕੇ ਹੈ ਸਨਮਾਨ ਲੈ ਕੇ ਜਾਣ। ਬੁਲੇ ਸੋ ਨਿਹਾਲ। ਜਸਵੀਰ ਸਿੰਘ ਜੀ ਅਤੇ ਉਹਨਾਂ ਦੇ ਜਿਹੜੇ ਸਾਥੀ ਇੱਥੇ ਆਏ ਹੋਣ ਕਿਰਪਾ ਕਰਕੇ ਆ ਜਾਣ। ਨਾਲ ਹੀ ਮੈਂ ਬੇਨਤੀ ਕਰਾਂਗਾ ਮਾਤਾ ਦਲਵੀਰ ਕੌਰ, ਉਹ ਵੀ ਨਾਲ ਇਹਨਾਂ ਦੇ ਆਉਣ, ਉਹਨਾਂ ਨੂੰ ਵੀ ਸਮੂਹ ਸਾਧ ਸੰਗਤ ਦਾ ਨਾਲ ਜੁੜੇ ਹੋਏ ਨੇ ਅੰਮ੍ਰਿਤਸਰ। ਜਸਵੀਰ ਸਿੰਘ ਜੀ ਨਾਲ ਹੋਰ ਆ ਜਾਓ। ਬੁਲੇ ਸੋ ਨਿਹਾਲ। ਮਹਿੰਦਰ ਸਿੰਘ ਜੀ ਅਤੇ ਉਹਨਾਂ ਦੇ ਜਿਹੜੇ ਸਾਥੀ ਹਨ ਉਹ ਕਿਰਪਾ ਕਰਕੇ ਆ ਜਾਣ। ਉਹਨਾਂ ਨਾਲ ਜਿਹੜੀਆਂ ਬੀਬੀਆਂ ਨੰਦਾ ਬਸਤੀਆਂ ਹਨ ਉਹ ਆਈਆਂ ਹਨ ਅਤੇ ਇੱਥੇ ਕਿਰਪਾ ਕਰਕੇ ਆ ਜਾਣ। ਕਮਲਜੀਤ ਕੌਰ ਪ੍ਰਧਾਨ ਸਾਹਿਬ ਆ ਬੇਨਤੀ ਰਹੇ, ਉੱਧਰੋਂ ਬਿਲੋਂਗ ਕਰਦੇ ਨੇ ਉਹ ਵੀ ਆ ਜਾਣ। ਬੁਲੇ ਸੋ ਨਿਹਾਲ। ਗੋਲਪਾਲੀ ਦੇ ਪ੍ਰਧਾਨ ਸਾਹਿਬ ਇੰਦਰਜੀਤ ਸਿੰਘ ਜੀ ਅਤੇ ਉਹਨਾਂ ਦੇ ਜਿਹੜੇ ਸਾਥੀ ਹਨ ਉਹ ਕਿਰਪਾ ਕਰਕੇ ਆ ਜਾਣ। ਮੈਂ ਬੇਨਤੀ ਕਰਾਂਗਾ ਸੁਖਜੀਤ ਕੌਰ ਜੀ ਜਿਹੜੇ ਇੱਕ ਇੰਦਰਜੀਤ ਸਿੰਘ ਜੀ ਦੇ ਧਰਮ ਪਤਨੀ ਵੀ ਹੈ, ਉਹ ਵੀ ਆ ਜਾਣ। ਸਰਜੀਤ ਸਿੰਘ ਜੀ ਜਿਹੜੇ ਜਨਰਲ ਸਕੱਤਰ ਨੇ ਉੱਥੇ ਦੇ, ਆ ਜਾਓ। ਬੁਲੇ ਸੋ ਨਿਹਾਲ। ਭੁਪਿੰਦਰ ਸਿੰਘ ਜੀ ਅਤੇ ਉਹਨਾਂ ਦੇ ਜਿਹੜੇ ਸਾਥੀ ਨੇ ਉਹ ਕਿਰਪਾ ਕਰਕੇ ਆ ਜਾਣ। ਮੈਂ ਬੇਨਤੀ ਕਰਾਂਗਾ ਸਰਦਾਰ ਮੋਹਨ ਸਿੰਘ ਜੀ ਪ੍ਰਧਾਨ ਸਾਹਿਬ, ਆਪ ਕਿਰਪਾ ਕਰਕੇ ਇੱਥੇ ਆ ਜਾਣਾ। ਮੋਹਨ ਸਿੰਘ ਜੀ ਸੁੰਦਰ ਨਗਰ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਸਰਦਾਰ ਸੁਰਿੰਦਰ ਸਿੰਘ ਜੀ, ਉਹਨਾਂ ਦੇ ਨਾਲ ਅਗਰ ਹੋਰ ਕੋਈ ਆਏ ਹੋਣ ਉਹ ਆਪਣਾ ਜਿਹੜਾ ਹੈ ਸਨਮਾਨ ਲੈ ਜਾਣ। ਸਰਦਾਰ ਸੁਰਿੰਦਰ ਸਿੰਘ ਜੀ ਇਹ ਆਪਣੇ ਸਾਡੇ ਕਿਤਾਬੀ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਨੇ ਸਰਦਾਰ ਭੁਪਿੰਦਰ ਸਿੰਘ ਜੀ, ਸੋ ਇਹਨਾਂ ਨੂੰ ਇਹ ਸਨਮਾਨ ਦੇ ਰਹੇ ਹਾਂ, ਸੋ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਮੈਂ ਬੇਨਤੀ ਕਰਾਂਗਾ ਸੁਰਿੰਦਰ ਸਿੰਘ ਜੀ ਸੁੰਦਰ ਨਗਰ ਦੇ ਪ੍ਰਧਾਨ ਸਾਹਿਬ ਜਿਹੜੇ ਨੇ ਉਹ ਜਿਹੜਾ ਹੈ ਆਪਣਾ ਸਨਮਾਨ ਜਿਹੜਾ। ਬੁਲੇ ਸੋ ਨਿਹਾਲ। ਰਣਜੀਤ ਸਿੰਘ ਜੀ ਉਹ ਕਿਰਪਾ ਕਰਕੇ ਉਹ ਵੀ ਆ ਜਾਣ, ਆਪਣਾ ਸਨਮਾਨ ਲੈ ਕੇ ਜਾਣ। ਬੁਲੇ ਸੋ ਨਿਹਾਲ। ਬਾਗਪੁਰਾ ਦੇ ਪ੍ਰਧਾਨ ਸਾਹਿਬ ਅਤੇ ਉਹਨਾਂ ਦੇ ਨਾਲ ਜਿਹੜੇ ਸੱਜਣ ਆਏ ਹੋਏ ਹਨ ਉਹ ਵੀ ਆਪਣਾ ਸਨਮਾਨ ਲੈ ਕੇ ਜਾਣ। ਬੁਲੇ ਸੋ ਨਿਹਾਲ। ਸਰਦਾਰ ਅਮਰਜੀਤ ਸਿੰਘ ਜੀ ਉਹਨਾਂ ਦੇ ਨਾਲ ਜਨਰਲ ਸਕੱਤਰ ਹੋਰ ਜਿਹੜੇ ਪਤਵੰਤੇ ਸੱਜਣ ਉਹਨਾਂ ਦੇ ਅਹੁਦੇਦਾਰ ਆਏ ਹੋਏ ਨੇ, ਉਹਨਾਂ ਦੀ ਇਸਤਰੀ ਸ਼ਾਸਕ ਸਭਾ ਵੀ ਸਰ ਪ੍ਰਧਾਨ ਸਾਹਿਬ ਵੀ ਆਏ ਹੋਏ ਨੇ, ਸ਼ਾਇਦ ਉਹ ਵੀ ਆ ਜਾਣ ਸਾਂਝੇ ਤੌਰ 'ਤੇ ਜਿਹੜਾ ਹੈ ਆਪਣਾ ਸਨਮਾਨ ਲੈਣ। ਬੁਲੇ ਸੋ ਨਿਹਾਲ। ਸੋ ਮੈਂ ਬੇਨਤੀ ਕਰਾਂਗਾ ਚਾਈਵਾਸਾ ਦੇ ਪ੍ਰਧਾਨ ਸਾਹਿਬ ਗੁਰਮੁਖ ਸਿੰਘ ਜੀ ਖੋਖਰ ਸਾਹਿਬ, ਇਹ ਉੱਥੋਂ ਦੂਰੋਂ ਚੱਲ ਕੇ ਆਏ ਨੇ ਇਸ ਸਨਮਾਨ ਵਿੱਚ, ਇਹਨਾਂ ਦਾ ਜਿੰਨਾ ਧੰਨਵਾਦ ਕਰੀਏ ਉਹ ਘੱਟ ਹੈ, ਸੋ ਉਹਨਾਂ ਨੂੰ ਇਹੀ ਸਨਮਾਨ ਦੇਣਾ ਹੈ। ਨਾਲ ਹੀ ਉਹਨਾਂ ਦੇ ਹੋਰ ਉਹਨਾਂ ਦੇ ਪਦਾਧਿਕਾਰੀ ਆਏ ਨੇ। ਬੁਲੇ ਸੋ ਨਿਹਾਲ। ਬੁਲੇ ਸੋ ਨਿਹਾਲ।
ਸਰਦਾਰ ਹਰਭਜਨ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਆਏ ਹੋਏ ਹਨ। ਸੋ ਅਸੀਂ ਉਹਨਾਂ ਪਾਸੇ ਬੇਨਤੀ ਕਰਾਂਗੇ, ਨਾਲ ਉਹਨਾਂ ਦੇ ਚੇਅਰਮੈਨ ਆਏ ਨੇ, ਪਦਾਧਿਕਾਰੀ ਆਏ ਨੇ, ਉਹ ਵੀ ਜਿਹੜਾ ਹੈ ਸਨਮਾਨ ਲੈ ਕੇ ਜਾਣ। ਘਰ ਜ਼ਿਲ੍ਹਾ ਦੇ ਪ੍ਰਧਾਨ ਸਾਹਿਬ ਉਚੇਚੇ ਤੌਰ 'ਤੇ ਆਏ ਨੇ, ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਬੋਲੇ ਸੋ ਨਿਹਾਲ। ਗੁਰਦੁਆਰੇ ਦੇ ਪ੍ਰਧਾਨ ਸਾਹਿਬ ਸਰਦਾਰ ਅਰਜਨ ਸਿੰਘ ਜੀ ਅਤੇ ਉਹਨਾਂ ਦੇ ਨਾਲ ਸਾਥੀ ਆਏ ਹੋਏ ਹਨ, ਸਾਡੇ ਕਲਸੀ ਸਾਹਿਬ ਵੀ ਨਾਲ ਆਏ ਨੇ, ਜਨਰਲ ਸਕੱਤਰ ਸਾਹਿਬ ਆਪ ਵੀ ਆ ਜਾਣਾ ਹੈ, ਆਪਣਾ ਸਨਮਾਨ ਲੈਣਾ ਹੈ। ਬੋਲੇ ਸੋ ਨਿਹਾਲ। ਰਾਮਦਾਸ ਭੱਠੇ ਦੇ ਪ੍ਰਧਾਨ ਸਾਹਿਬ ਬਲਵੀਰ ਸਿੰਘ ਜੀ ਜਾਂ ਉਹਨਾਂ ਦੇ ਨਾਲ ਜਿਹੜੇ ਸਹਿਯੋਗੀ ਸਤਪਾਲ ਸਿੰਘ ਜੀ ਅਤੇ ਹੋਰ ਵੀ ਜਿਹੜੇ ਪਤਵੰਤੇ ਸੱਜਣ ਉਹ ਆਏ ਹੋਏ ਨੇ। ਰਾਮਦਾਸ ਭੱਠਾ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਕਿਰਪਾ ਕਰਕੇ ਆ ਜਾਣ। ਬੋਲੇ ਸੋ ਨਿਹਾਲ। ਰਵਿੰਦਰ ਸਿੰਘ ਜੀ ਅਤੇ ਉਹਨਾਂ ਦੇ ਹੋਰ ਜਿਹੜੇ ਸਾਥੀ ਨੇ ਉਹ ਨੇ, ਉਹ ਕਿਰਪਾ ਕਰਕੇ ਆ ਜਾਣ, ਆਪਣਾ ਸਨਮਾਨ ਲੈਣ। ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਬਿਰਸਾ ਨਗਰ ਗੁਰਦੁਆਰੇ ਦੇ ਆਪਣੇ ਹਰਵਿੰਦਰ ਸਿੰਘ ਜੀ, ਰਿੰਕੂ ਭਾਅ ਜੀ ਨਾਲ ਉਹਨਾਂ ਦੇ ਜਿਹੜੇ ਸਾਥੀ ਨੇ, ਹੋਰ ਜਿਹੜੇ ਪਦਾਧਿਕਾਰੀ ਨੇ, ਮੇਰਾ ਧਿਆਨ ਉੱਧਰ ਪਿਆ ਨਹੀਂ, ਸੋ ਸੋਰੀ, ਆਪ ਜੀ ਆ ਕੇ ਆਪਣਾ ਸਨਮਾਨ ਜਿਹੜਾ ਹੈ ਆਪ ਜੀ ਗ੍ਰਹਿਣ ਕਰੋ। ਬੋਲੇ ਸੋ ਨਿਹਾਲ। ਕਾਰਯੋਗ ਆਪਣੇ ਕਦਮਾ ਗੁਰਦੁਆਰੇ ਦੇ ਪ੍ਰਧਾਨ ਸਾਹਿਬ, ਸੋ ਉਹ ਆ ਜਾਣ, ਉਹਨਾਂ ਦੇ ਨਾਲ ਜਿਹੜੇ ਪਦਾਧਿਕਾਰੀ ਆਏ ਨੇ ਇਹਨਾਂ ਨੂੰ ਵੀ ਹੁਣ ਸੇਵਾ ਮਿਲੀ ਹੈ। ਇਹ ਪਹਿਲਾਂ ਜਨਰਲ ਸਕੱਤਰ ਸੀ, ਫਿਰ ਪ੍ਰਧਾਨ ਬਣੇ, ਫਿਰ ਜਨਰਲ ਸਕੱਤਰ ਬਣੇ, ਹੁਣ ਫਿਰ ਇਹਨਾਂ ਨੂੰ ਪ੍ਰਧਾਨ ਦੀ ਸੇਵਾ ਮਿਲੀ ਹੈ, ਇਹਨਾਂ ਦੀ ਯੋਗਤਾ ਨੂੰ ਧਿਆਨ 'ਚ ਰੱਖਦੇ ਹੋਏ। ਸੋ ਇਹਨਾਂ ਦਾ ਵੀ ਧੰਨਵਾਦ ਹੈ, ਅਤੇ ਆ ਕੇ ਆਪਣਾ ਸਨਮਾਨ ਲੈਣ। ਬੋਲੇ ਸੋ ਨਿਹਾਲ। ਸਾਡੇ ਗੁਰੂ ਨਾਨਕ ਸੇਵਾ ਦਲ ਦੇ ਪ੍ਰਧਾਨ ਹਰਵਿੰਦਰ ਸਿੰਘ ਜੀ ਮੰਟੂ ਭਾਅ ਜੀ, ਜਿਹੜੇ ਕਿ ਗੁਰੂ ਨਾਨਕ ਸੇਵਾ ਦਲ ਦੇ ਪ੍ਰਧਾਨ ਨੇ, ਸਾਕੀ ਗੁਰਦੁਆਰੇ ਦੇ ਪ੍ਰਧਾਨ ਨੇ, ਉਹ ਕਿਰਪਾ ਕਰਕੇ ਜਿਹੜਾ ਹੈ ਆਪਣਾ ਸਨਮਾਨ ਜਿਹੜਾ ਹੈ ਉਹ ਲੈਣਗੇ। ਬੋਲੇ ਸੋ ਨਿਹਾਲ। ਸੋ ਮੈਂ ਬੇਨਤੀ ਕਰਾਂਗਾ, ਵੀਰ ਖਾਲਸਾ ਦਲ ਦੇ ਪ੍ਰਧਾਨ ਰਵਿੰਦਰ ਸਿੰਘ ਜੀ ਜਿਹੜੇ ਕਿ ਬਾਹਰ ਗਏ ਨੇ, ਲੇਕਿਨ ਉਹਨਾਂ ਦੇ ਨਾਲ ਦੇ ਮੈਂਬਰਾਨ ਆਏ ਹੋਏ ਨੇ, ਹਰਵੀਰ ਸਿੰਘ ਭਾਟੀਆ ਸਾਹਿਬ, ਹੋਰ ਜਿਹੜੇ ਮੈਂਬਰਾਨ ਨੇ, ਚਰਨਜੀਤ ਸਿੰਘ ਜੀ, ਸਰਬਜੀਤ ਸਿੰਘ ਜੀ, ਉਹ ਸਾਰੇ ਆ ਜਾਣ ਇੱਥੇ। ਬੋਲੇ ਸੋ ਨਿਹਾਲ। ਸੋ ਮੈਂ ਬੇਨਤੀ ਕਰਾਂਗਾ, ਬਾਬਾ ਦੀਪ ਸਿੰਘ ਸੇਵਕ ਜਥਾ, ਇਹ ਸਾਡੇ ਇਹਦੇ ਪ੍ਰਧਾਨ ਨੇ, ਗੁਰਦੇਵ ਸਿੰਘ ਰਾਜਾ, ਜਿਹੜਾ ਕਿ ਹੁਣ ਦੋ ਦੋ ਇਹਨਾਂ ਦਾ ਪ੍ਰਾਈਜ਼ ਮਿਲਿਆ ਹੈ, ਤਾਂ ਬਈ ਹੁਣ ਸਾਡੀ ਤਾਂ ਮਜਬੂਰੀ ਹੈ, ਪ੍ਰਧਾਨ ਉੱਥੇ ਨੇ, ਅਤੇ ਸੋ ਇਹਨਾਂ ਦਾ ਵੀ ਜਿਹੜਾ ਹੈ ਪ੍ਰਾਈਜ਼ ਜਿਹੜਾ ਹੈ ਉਹ ਆਪਣਾ ਲੈ ਕੇ ਜਾਣ, ਗੁਰਦੇਵ ਸਿੰਘ ਜੀ ਰਾਜਾ। ਬੋਲੇ ਸੋ ਨਿਹਾਲ। ਆਪਣੇ ਮਨਜੀਤ ਸਿੰਘ ਅਤੇ ਇਹਨਾਂ ਦੇ ਜਿਹੜੇ ਮੈਂਬਰਾਨ ਨੇ ਸਾਰੇ, ਬਹੁਤ ਹੀ ਉਲੇਖਨੀ ਯੋਗਦਾਨ ਇਹਨਾਂ ਦਾ ਹਮੇਸ਼ਾ ਰਿਹਾ ਹੈ ਸਮਾਜ 'ਚ, ਜਦੋਂ ਵੀ ਲੋੜ ਪਈ ਹੈ ਵੱਧ ਚੜ ਕੇ ਇਹਨਾਂ ਦਾ ਬੜਾ ਸਹਿਯੋਗ ਰਿਹਾ ਹੈ, ਸੋ ਇਹਨਾਂ ਨੂੰ ਵੀ ਸਨਮਾਨ ਦੇਣਾ ਹੈ, ਆਪ ਜੀ ਨੇ ਸਨਮਾਨ ਗ੍ਰਹਿਣ ਕਰਨਾ ਹੈ। ਬੋਲੇ ਸੋ ਨਿਹਾਲ। ਜਸਵੀਰ ਜੱਸੂ ਭਾਅ ਜੀ, ਉਹ ਕਿਰਪਾ ਕਰਕੇ ਆ ਜਾਣ, ਉਹਨਾਂ ਦੇ ਨਾਲ ਜਿਹੜੇ ਨੇ ਉਹ ਵੀ ਆ ਜਾਣ। ਬੋਲੇ ਸੋ ਨਿਹਾਲ। ਸੋ ਮੈਂ ਹੁਣ ਬੇਨਤੀ ਕਰਾਂਗਾ ਕਿ ਹੁਣ ਜਿਹੜਾ ਮਹੱਤਵਪੂਰਨ ਜਿਹੜੀ ਹੈ ਸੇਵਾ ਜਾਗਰਤੀ ਯਾਤਰਾ ਦੇ ਵਿੱਚ, ਆਪ ਜੀ ਨੂੰ ਦਾਸ ਜਾਣਕਾਰੀ ਦੇਣਾ ਚਾਹੁੰਦਾ ਹੈ ਕਿ ਟੋਟਲ ਕੁੱਲ ਜਿਹੜੇ ਨੇ 70 ਲੋਕ ਜਿਹੜੇ ਨੇ ਉਹ 65 ਦਿਨ ਸਾਡੇ ਨਾਲ ਚੱਲੇ, ਉਹ 65 ਦੇ ਇਹਨਾਂ ਵਿੱਚੋਂ ਤਕਰੀਬਨ 40-42 ਲੋਕ ਸਾਡੇ ਇੱਥੋਂ ਚੱਲੇ, ਔਰ ਇਹਦੇ 'ਚੋਂ ਸਭ ਤੋਂ ਜ਼ਿਆਦਾ ਸਾਡੀਆਂ ਬੀਬੀਆਂ ਰਹੀਆਂ ਨੇ,
ਸੋ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਸ ਮੌਕੇ 'ਤੇ ਕਰਾਂਗੇ। ਸੋ ਮੈਂ ਸਭ ਤੋਂ ਪਹਿਲਾਂ ਨਾਲ ਹੀ ਨਾਲ ਇਹਨਾਂ 'ਚੋਂ ਜਿਹੜੇ ਸਾਡੇ ਨਾਲ ਖਾਸ ਤੌਰ 'ਤੇ ਬੜੇ ਸਹਿਯੋਗੀ ਮੇਰੇ ਨਾਲ ਰਹੇ, ਮੇਰੇ ਸੁੱਖ ਦੁੱਖ ਦੇ ਨਾਲ ਰਹੇ, ਮੈਂ ਭਾਅ ਜੀ ਅਜਾਇਬ ਸਿੰਘ ਜੀ ਜਿਹੜੇ ਕਿ ਨਾਲ ਮੇਰੇ ਕੰਟੀਨਿਊਜ ਰਹੇ, ਉਹ ਕਿਰਪਾ ਕਰਕੇ ਆ ਜਾਣ। ਅਜਾਇਬ ਸਿੰਘ ਜੀ ਨਾਲ ਹੀ ਸਾਡੇ ਸੁਖਦੇਵ ਸਿੰਘ ਜੀ, ਸੁਖਦੇਵ ਸਿੰਘ ਜੀ, ਭੁਪਿੰਦਰ ਸਿੰਘ ਜੀ ਛੋਟੂ, ਪਰਮਿੰਦਰ ਸਿੰਘ ਜੀ, ਉਹੀ ਉਹਨੂੰ ਉਰਫ ਬਾਬਾ ਕਹਿੰਦੇ ਆ, ਇਹ ਵੀ ਨਾਲ ਨਾਲ ਰਹੇ ਨੇ, ਬੜੇ ਵਿਪਰੀਤ ਪ੍ਰਸਥਿਤੀਆਂ 'ਚ ਵੀ ਉੱਥੇ ਲੱਗੇ ਰਹਿਣੇ। ਬੋਲੇ ਸੋ ਨਿਹਾਲ, ਇਹ ਛੋਟੂ ਸਾਹਿਬ ਡਿਊਟੀ ਗਿਆ, ਉਹਨਾਂ ਦੇ ਫਾਦਰ ਨੇ, ਸੋ ਇਹਨਾਂ ਦਾ ਵੀ ਧੰਨਵਾਦ ਹੈ। ਬੋਲੇ ਸੋ ਨਿਹਾਲ। ਸੋ ਮੈਂ ਹੁਣ ਬੇਨਤੀ ਕੌਰ ਸੈਕਟਰੀ ਸ੍ਰੀ ਸਤਸੰਗ ਸਭਾ ਦੇ ਜਿਹੜੇ ਪ੍ਰਧਾਨ ਵੀ ਹਨ, ਉਹ ਕਿਰਪਾ ਕਰਕੇ ਇਹ ਸਨਮਾਨ ਆਪਣਾ ਲੈ ਕੇ ਜਾਣ। ਕੰਟੀਨਿਊ ਸਾਡੇ ਨਾਲ ਇਹ ਲੋਕ ਰਹੇ ਨੇ। ਮਾਤਾ ਦਲਬੀਰ ਕੌਰ ਜਿਹੜੇ ਕਿ ਸਾਡੇ ਚੇਅਰਮੈਨ ਨੇ, ਔਰ ਕੰਟੀਨਿਊ ਦਾਸ ਦੋ ਦਿਨ ਵਾਸਤੇ ਟਾਟਾ ਆਇਆ ਸੀਗਾ, ਉਸ ਵਕਤ ਜਾਗਰਤੀ ਯਾਤਰਾ ਦੀ ਲੀਡਰਸ਼ਿਪ ਵੀ ਮਾਤਾ ਜੀ ਕੋਲ ਸੀਗੀ ਉੱਥੇ, ਸੋ ਇਹ ਵੀ ਮਾਤਾ ਜੀ ਨਾਲ ਰਹੇ। ਨਾਲ ਹੀ ਨਾਲ ਸੁਖਜੀਤ ਕੌਰ ਕਿਰਪਾ ਕਰਕੇ ਆ ਜਾਣ, ਰਵਿੰਦਰ ਕੌਰ ਕਿਰਪਾ ਕਰਕੇ ਆ ਜਾਣ, ਉਹਦੇ ਬਾਅਦ ਬੁਲੇ ਸੋ ਨਿਹਾਲ, ਜੋਗਿੰਦਰ ਕੌਰ ਬੁਲੇ ਸੋ ਨਿਹਾਲ, ਸੋਨਿਹਾਲ। ਸੋ ਮੈਂ ਸੁਰਜੀਤ ਸਿੰਘ ਚਿੱਟੇ ਪਾਸ ਬੇਨਤੀ ਕਰਾਂਗਾ। ਰਣਜੀਤ ਕੌਰ, ਪਰਮਜੀਤ ਕੌਰ, ਹਰਜੀਤ ਕੌਰ, ਜਸਵੀਰ ਕੌਰ, ਬੁਲੇ ਸੋਨਿਹਾਲ, ਬੁਲੇ ਸੋਨਿਹਾਲ, ਗੁਰਮੀਤ ਕੌਰ, ਜਗਜੀਤ ਕੌਰ, ਜਗੀ ਭੈਣ ਜੀ, ਬਲਵਿੰਦਰ ਕੌਰ, ਰਾਜ ਕੌਰ, ਕੁਲਵੰਤ ਕੌਰ, ਮਨਜੀਤ ਕੌਰ, ਤਾਰਕੁੱਪੜੀ ਤੋਂ ਤ੍ਰਿਲੋਚਨ ਕੌਰ, ਨਰਿੰਦਰ ਕੌਰ, ਚਰਨ ਕੌਰ, ਬੁਲੇ ਸੋ ਨਿਹਾਲ, ਚਰਨ ਕੌਰ, ਅਮਰੀਕ ਕੌਰ, ਅਵਤਾਰ ਕੌਰ, ਰਾਣੀ ਕੌਰ, ਅਮਰਜੀਤ ਕੌਰ, ਜਸਵੀਰ ਕੌਰ,
ਗੁਰਮੀਤ ਕੌਰ, ਪਿੰਕੀ, ਲਵਲੀ, ਬੇਬੀ ਕੌਰ ਔਰ ਅਮਨ ਕੌਰ। ਮੈਂ ਬੇਨਤੀ ਕਰਾਂਗਾ, ਮੈਂ ਇੱਕ ਹੋਰ ਖਾਸ ਤੌਰ 'ਤੇ ਆਪ ਜੀ ਨੂੰ ਜਾਣਕਾਰੀ ਦੇਣਾ ਵੀ ਬੜਾ ਜ਼ਰੂਰੀ ਸਮਝਦਾ ਹੈ ਕਿ ਸਾਡੇ ਇਸ ਹਾਲ ਦੇ ਵਿੱਚ ਇੱਕ ਐਸੀ ਸ਼ਖਸੀ ਬੈਠੀ ਹੈ ਮਾਤਾ ਜਸਵੰਤੀ, ਹੁਣ ਵੀ ਜਿਹੜਾ ਹੈ ਉਹਨਾਂ ਦਾ ਬੜਾ ਯੋਗਦਾਨ ਰਿਹਾ ਹੈ ਸਾਡੀ ਆਪ ਜੀ ਨੇ ਸ਼ਿਲਡਾਂ ਦੇ ਨਾਲ। ਮੈਂ ਮਾਤਾ ਜਸਵੰਤੀ ਕੌਰ ਅਤੇ ਉਹਨਾਂ ਦੇ ਨਾਲ ਜਿਹੜੇ ਹੋਰ ਮਾਤਾਵਾਂ ਆਈਆਂ ਨੇ ਸਾਡੇ ਨਾਲ, ਉਹ ਕਿਰਪਾ ਕਰਕੇ ਆ ਜਾਓ। ਇੱਕ ਸ਼ਿਲਡ ਜਿਹੜਾ ਹੈ ਆਪ ਜੀ ਨੇ ਲੈ ਕੇ ਜਾਣਾ ਹੈ ਮਾਤਾ ਜਸਵੰਤੀ ਕੌਰ। ਵਾਹਿਗੁਰੂ ਇਹਨਾਂ 'ਤੇ ਇਤਰਾ ਹੀ ਤੰਦਰੁਸਤੀ ਇਹਨਾਂ ਨੂੰ ਬਖਸ਼ਣ, ਰਲਵਾ ਚੜ ਕੇ ਜਿਹੜਾ ਹੈ ਇਹ ਸੇਵਾ ਇਸੇ ਤਰ੍ਹਾਂ ਕਰ ਦੇਣ। ਕਮਲੇਸ਼ ਭੈਣ ਜੀ ਸਰ ਸੇਵਾ ਕਰਨ ਨਾਲ ਹੀ ਆਏ ਨੇ, ਮਾਤਾ ਜੀ ਆ ਜਾਓ, ਇੱਧਰ ਆ ਜਾਓ ਮਾਤਾ ਜੀ। ਬੋਲੇ ਆਪ ਜੀ ਸਾਰੇ ਹੀ ਜਾਣੂ ਹੋ ਕਿ ਸਾਡੇ ਸੰਜੀਵ ਭਾਰਦਵਾਜ, ਬੋਲੇ ਸੋ ਨਿਹਾਲ, ਸਾਡੇ ਜੁਆਇੰਟ ਡਾਇਰੈਕਟਰ ਜਿਹੜਾ ਹੈ ਸੁਖਵਿੰਦਰ ਸਿੰਘ ਜੀ, ਆਪਣੇ ਵਿੱਕੀ ਸਾਹਿਬ ਸਾਡੇ ਨਾਲ ਆਏ ਹੋਏ ਨੇ, ਨਾਲ ਹੀ ਅਮਨ ਸਿੰਘ ਆਏ ਨੇ, ਤੋ ਅਸੀਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਔਰ ਇਹਨਾਂ ਦਾ ਤੁਹਾਨੂੰ ਜਾਣਕਾਰੀ ਦੇਈਏ ਕਿ ਚੈਨਲ 'ਤੇ ਪਟਨਾ ਸਾਹਿਬ ਵੀ ਚਲਾਉਂਦੇ ਨੇ, ਲੇਕਿਨ ਦਰਦੀ ਸਾਹਿਬ ਵਿਅਕਤੀਗਤ ਰੂਪ ਦੇ ਨਾਲ ਜਿੱਥੇ ਜਿੱਥੇ ਵੀ ਲੋੜ ਪਈ ਹੈ ਇਹਨਾਂ ਨੇ ਸਾਡਾ ਬੜਾ ਭਰਵਾਂ ਸਹਿਯੋਗ ਦਿੱਤਾ ਹੈ ਉੱਥੇ, ਤੋ ਇਹਨਾਂ ਦਾ ਅਸੀਂ ਜਿੰਨਾ ਵੀ ਧੰਨਵਾਦ ਕਰੀਏ ਉਹ ਘੱਟ ਹੈ। ਮੈਂ ਇਹੋ ਬੇਨਤੀ ਕਰਾਂਗਾ ਵਾਹਿਗੁਰੂ ਦੇ ਚਰਨਾਂ ਵਿੱਚ ਕਿ ਦਰਦੀ ਸਾਹਿਬ ਦੇ ਉੱਤੇ ਇਸੇ ਤਰ੍ਹਾਂ ਮਿਹਰ ਭਰਿਆ ਹੱਥ ਰੱਖਣ ਔਰ ਉਹ ਨਾਲ ਵੱਧ ਚੜ ਕੇ ਜਿਹੜਾ ਹੈ ਕੌਮ ਦੀ, ਸਮਾਜ ਦੀ, ਦੇਸ਼ ਦੀ ਜਿਹੜਾ ਹੈ ਉਹ ਸੇਵਾ ਕਰਦੇ ਰਹਿਣ। ਸੋ ਅਸੀਂ ਇਸ ਮੌਕੇ 'ਤੇ ਉਹਨਾਂ ਦਾ ਧੰਨਵਾਦ ਕਰਦੇ ਹਾਂ। ਸੋ ਮੈਂ ਵਿੱਕੀ ਸਾਹਿਬ ਪਾਸ ਬੇਨਤੀ ਕਰਾਂਗਾ, ਸੁਖਵਿੰਦਰ ਸਿੰਘ ਜੀ ਵਿੱਕੀ ਪਾਲ ਸਾਹਿਬ, ਕਿ ਉਹ ਆ ਕੇ ਜਿਹੜਾ ਹੈ ਆਪਣਾ ਸਨਮਾਨ ਲੈਣ। ਵਿੱਕੀ ਸਾਹਿਬ, ਇਹ ਦਰਦੀ ਸਾਹਿਬ ਦਾ ਸਨਮਾਨ ਹੈ, ਆਪ ਜੀ ਨੇ ਸਾਡਾ ਸਨਮਾਨ ਉਹਨਾਂ ਤੱਕ ਪਹੁੰਚਾਉਣਾ ਹੈ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਜਿਹੜੇ ਵੇਲੇ ਸਮੇਂ ਸਿਰ 'ਤੇ ਜਿਹੜਾ ਹੈ ਉਹਨਾਂ ਦਾ ਬੜਾ ਸਹਿਯੋਗ ਰਿਹਾ ਹੈ, ਕਈ ਜਗ੍ਹਾ ਨਾਲ ਅਸੀਂ ਇਸਤੇਮਾਲ ਕੀਤਾ ਹੈ ਇਹਨਾਂ ਨੂੰ ਗੁਰੂ ਘਰ ਦੀ ਸੇਵਾ। ਬਲਵੰਤ ਭਾਜੀ ਇਹਨਾਂ ਨੂੰ ਦੇਣਗੇ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਹੁਣ ਮੈਂ ਨਾਲ ਹੀ ਇਹਦੇ ਬਾਅਦ ਸਾਡੇ ਗੁਰਦੇਵ ਸਿੰਘ ਜੀ ਰਾਜਾ ਜਿਹੜਾ ਹੈ ਉਹ ਦੋ ਸ਼ਬਦ ਕਹਿਣਗੇ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਹਜ਼ੂਰੀ ਵਿੱਚ ਬੈਠੀ ਸਤ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਧਰਮ ਪ੍ਰਚਾਰ ਅਕਾਲੀ ਦਲ ਕਮੇਟੀ ਦੁਆਰਾ ਸੰਚਾਲਿਤ ਪ੍ਰੋਗਰਾਮ ਦਾ ਸਮਾਪਨ ਸਮਾਰੋਹ ਵਿੱਚ, ਜਿਹੜਾ ਕਿ 6 ਤਰੀਕ ਤੋਂ ਚੱਲ ਕਰ 14 ਤਾਰੀਖ ਤੱਕ ਸਾਕਸ਼ੀ ਗੁਰਦੁਆਰੇ ਵਿੱਚ ਹੋਇਆ, ਉਹਦੇ ਵਿੱਚ ਮੁੱਖ ਰੂਪ ਨਾਲ ਸਾਡੇ ਵਿੱਚ ਤਖ਼ਤ ਪਟਨਾ ਸਾਹਿਬ ਦੇ ਕਾਰਕਰਨੀ ਅਧਿਆਕਸ਼
ਵੱਡੇ ਵੀਰ ਸਰਦਾਰ ਸੁਰਿੰਦਰ ਸਿੰਘ ਜੀ, ਸੈਂਟਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਡੇ ਵੀਰ ਇੰਦਰਜੀਤ ਸਿੰਘ ਜੀ, ਜਮਸ਼ੇਦਪੁਰ ਦੀਆਂ ਵਿਭਿੰਨ ਗੁਰਦੁਆਰਾ ਕਮੇਟੀਆਂ ਤੋਂ ਆਈਆਂ ਆਏ ਪ੍ਰਧਾਨ ਸਕੱਤਰ ਸਕੱਤਰੀ ਏਵਮ ਉਹਨਾਂ ਦੇ ਪਦਾਧਿਕਾਰੀਗਣ, ਸੈਂਟਰ ਇਸਤਰੀ ਸ਼ਾਸਨ ਸਭਾ ਜਮਸ਼ੇਦਪੁਰ ਏਵਮ ਜਮਸ਼ੇਦਪੁਰ ਦੀਆਂ ਸਾਰੀ ਗੁਰਦੁਆਰਾ ਕਮੇਟੀ ਦੀ ਇਸਤਰੀ ਸ਼ਾਸਨ ਸਭਾ ਏਵਮ ਭੈਣਾਂ ਏਵਮ ਭਰਾ, ਅੱਜ ਝਾਰਖੰਡ ਸਰਕਾਰ ਵੱਲੋਂ ਮਾਨਯ ਮੁੱਖ ਮੰਤਰੀ ਰਘੁਵਰ ਦਾਸ ਦੁਆਰਾ ਝਾਰਖੰਡ ਵਿੱਚੋਂ ਜਮਸ਼ੇਦਪੁਰ ਦੇ ਪੂਰਬੀ ਵਿਧਾਨ ਸਭਾ ਤੋਂ ਰਾਜ ਅਲਪਸੰਖਿਅਕ ਆਯੋਗ ਦਾ ਉਪਾਧਿਅਕਸ਼ ਦਾਸ ਨੂੰ ਬਣਾਇਆ। ਇਹ ਮਾਨ ਸਨਮਾਨ ਗੁਰਦੇਵ ਸਿੰਘ ਰਾਜਾ ਦਾ ਨਹੀਂ, ਇਹ ਮਾਨ ਸਨਮਾਨ ਜਮਸ਼ੇਦਪੁਰ ਦੇ ਝਾਰਖੰਡ ਦੇ ਸਿੱਖਾਂ ਦਾ ਮਾਨ ਸਨਮਾਨ ਹੈ। ਤੁਹਾਨੂੰ ਸਭ ਨੂੰ ਗਰਵ ਹੋਣਾ ਚਾਹੀਦਾ ਹੈ, ਭਾਰਤੀ ਜਨਤਾ ਪਾਰਟੀ ਮਾਨਯ ਰਘੁਵਰ ਦਾਸ ਜੀ ਨੇ ਆਪਣੀ ਵਿਧਾਨ ਸਭਾ ਤੋਂ ਅਲਪਸੰਖਿਅਕ ਆਯੋਗ ਦਾ ਵਾਈਸ ਚੇਅਰਮੈਨ ਚੁਣਿਆ ਹੈ। ਇਸ ਲਈ ਇਸ ਮੌਕੇ ਤੇ ਮੈਂ ਸਭ ਤੋਂ ਪਹਿਲਾਂ ਇਸ ਸੂਬੇ ਦੇ ਮੁੱਖ ਮੰਤਰੀ ਨੂੰ ਵੀ ਧੰਨਵਾਦ ਕਰਦਾ। ਮਾਨਯ ਰਘੁਵਰ ਦਾਸ ਜੀ ਨੇ ਪਹਿਲਾਂ ਝਾਰਖੰਡ ਸਰਕਾਰ ਵਿੱਚ 350 ਸਾਲਾ ਮਨਾਇਆ ਔਰ ਉਹਦੇ ਵਿੱਚ ਕਮੇਟੀ ਬਣਾਈ ਗਈ ਸਾਡੇ ਇੰਦਰਜੀਤ ਸਿੰਘ ਪ੍ਰਧਾਨ ਦੇ ਨੇਤਰਤਵ ਵਿੱਚ, ਔਰ ਸਦੱਸ ਮੈਨੂੰ ਗੁਰਦੇਵ ਸਿੰਘ ਰਾਜਾ ਨੂੰ ਸੁਰਿੰਦਰ ਭਾਜੀ ਨੂੰ ਸੁਰਿੰਦਰ ਭਾਜੀ ਫਿਰ ਸੀ ਪਟਨਾ ਸਾਹਿਬ ਦੇ, ਇਸ ਲਈ ਉਹਨਾਂ ਨੇ ਤਿੰਨਾਂ ਨੂੰ ਸਾਨੂੰ ਜ਼ਿੰਮੇਵਾਰੀ ਸੌਂਪੀ ਕਿ ਤੁਸੀਂ ਮਿਲ ਕੇ 350 ਸਾਲਾ ਗੁਰਪੁਰਬ ਧੂਮਧਾਮ ਨਾਲ ਮਨਾਉਣਾ ਹੈ ਔਰ ਤੁਹਾਡੇ ਸਹਿਯੋਗ ਨਾਲ ਇਹ ਪਰਬ 350 ਸਾਲਾ ਬੜਾ ਸਫਲ ਹੋਇਆ। ਇਸ ਮੌਕੇ ਸੈਂਟਰਲ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਇੰਦਰਜੀਤ ਸਿੰਘ ਨੇ ਵੀ ਲੋਕਾਂ ਦਾ ਧੰਨਵਾਦ ਕੀਤਾ। ਸਤਿਗੁਰਾਂ ਦੇ ਚਰਨਾਂ ਵਿੱਚ ਬਿਰਾਜਮਾਨ ਗੁਰੂ ਰੂਪ, ਗੁਰੂ ਪਿਆਰੀ, ਗੁਰੂ ਸਾਹਿਬ ਸਾਧੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ, ਸਭ ਤੋਂ ਪਹਿਲਾਂ ਜੁਗੋ ਜੁਗ ਅਟਲ ਚਵਰ ਸਤਰ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕੋਟਨ ਕੋਟ ਧੰਨਵਾਦ ਸ਼ੁਕਰਾਨਾ, ਜਿਨ੍ਹਾਂ ਦੇ ਅਪਾਰ ਬਖਸ਼ਿਸ਼ ਨਾਲ ਕੱਲ੍ਹ ਤੋਂ ਹੀ ਧਰਮ ਪ੍ਰਚਾਰ ਕਮੇਟੀ ਅਕਾਲੀ ਦਲ ਵੱਲੋਂ ਉਲੀਕੇ ਗਏ ਪ੍ਰੋਗਰਾਮ ਵਿੱਚ ਆਪ ਜੀ ਨੇ ਹਾਜ਼ਰੀਆਂ ਭਰੀਆਂ ਹਨ। ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ ਸਾਡਾ 549 ਸਾਲ ਚੇਤ ਦੀ ਸੰਗਰਾਂਦ ਤੋਂ ਸ਼ੁਰੂ ਹੁੰਦਾ ਹੈ। ਜਿਵੇਂ ਕਿ ਵੱਖ ਵੱਖ ਧਰਮਾਂ ਵਿੱਚ ਆਪਣੇ ਆਪਣੇ ਕੈਲੰਡਰ ਦੇ ਹਿਸਾਬ ਨਾਲ ਨਵਾਂ ਸਾਲ ਸ਼ੁਰੂ ਹੁੰਦਾ ਹੈ। ਵਿਕਰਮਾਦਿੱਤ ਤੋਂ ਵਿਕਰਮੀ, ਹਜ਼ਰਤ ਸਾਹਿਬ ਤੋਂ ਹਿਜਰੀ ਕੈਲੰਡਰ ਸ਼ੁਰੂ ਹੁੰਦਾ ਹੈ। ਉਸੇ ਤਰ੍ਹਾਂ ਹੀ ਸਾਡਾ ਨਵਾਂ ਸਾਲ ਚੇਤ ਦੀ ਸੰਗਰਾਂਦ ਤੋਂ ਸ਼ੁਰੂ ਹੁੰਦਾ ਹੈ। ਪਹਿਲੀ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ
ਅਤੇ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ 12 ਮਾਹ ਵਿੱਚ ਵੀ ਚੇਤ ਤੋਂ ਹੀ ਸਾਡਾ ਨਵਾਂ ਸਾਲ ਆਰੰਭ ਹੋਣ ਦਾ ਦੱਸਿਆ ਹੈ। ਬੜੀ ਖੁਸ਼ੀ ਦੀ ਗੱਲ ਹੈ, ਜਿੱਥੇ ਕਿ ਆਮ ਲੋਕ ਸਾਡੇ ਸਿੱਖ ਪਰਿਵਾਰ ਵੀ 1 ਜਨਵਰੀ ਨੂੰ ਹੀ ਨਵਾਂ ਸਾਲ ਸਮਝ ਕੇ ਇੱਕ ਦੂਸਰੇ ਨੂੰ ਵਧਾਈਆਂ ਦੇਣ ਲੱਗ ਪੈਂਦੇ ਹਨ। ਨਵੀਂ ਜਨਰੇਸ਼ਨ ਨੂੰ ਇਹ ਦੱਸਣ ਦੀ ਲੋੜ ਹੈ, ਜੋ ਕਿ ਪਿਛਲੇ 4 ਸਾਲ ਤੋਂ ਧਰਮ ਪ੍ਰਚਾਰ ਕਮੇਟੀ ਅਕਾਲੀ ਦਲ ਵੱਲੋਂ ਜਮਸ਼ੇਦਪੁਰ ਦੇ ਵੱਖ ਵੱਖ ਗੁਰਦੁਆਰਿਆਂ 'ਚ ਚੇਤ ਦੀ ਸੰਗਰਾਂਦ ਵਾਲੇ ਦਿਨ, ਨਵੇਂ ਸਾਲ ਵਾਲੇ ਦਿਨ ਇਹ ਪ੍ਰੋਗਰਾਮ ਕੀਤੇ ਜਾਂਦੇ ਹਨ। ਇਸ ਖੁਸ਼ੀ ਦੇ ਮੌਕੇ 'ਤੇ ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਮਸ਼ੇਦਪੁਰ ਦੀਆਂ ਸਾਰੀਆਂ ਸੰਗਤਾਂ ਨੂੰ, ਧਰਮ ਪ੍ਰਚਾਰ ਕਮੇਟੀ ਅਕਾਲੀ ਦਲ ਨੂੰ ਬਹੁਤ ਬਹੁਤ ਵਧਾਈ ਹੋਵੇ। ਸਤਿਗੁਰ ਕਿਰਪਾ ਕਰਨ, ਸਾਰੀਆਂ ਸੰਗਤਾਂ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣ ਅਤੇ ਇਸੇ ਤਰ੍ਹਾਂ ਗੁਰੂ ਘਰ ਨਾਲ ਜੁੜ ਕਰ ਸੇਵਾ ਕਰਦੇ ਰਹੀਏ। ਅੱਜ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਜਿਹੜਾ ਟਾਟਾ ਨਗਰ ਵਿਖੇ ਇਹ ਜਿਹੜਾ ਪ੍ਰੋਗਰਾਮ ਜਿਹੜਾ ਹੋਇਆ ਹੈ ਉਹ ਬਹੁਤ ਹੀ ਕਾਮਯਾਬ ਪ੍ਰੋਗਰਾਮ ਰਿਹਾ ਹੈ। ਔਰ ਜੋ ਇੱਥੇ ਦੀਆਂ ਸੰਗਤਾਂ ਨੇ ਸਾਨੂੰ ਪਟਨੇ ਵਿਖੇ ਜਾਂ ਜਾਗ੍ਰਿਤੀ ਯਾਤਰਾ ਵਿੱਚ ਜੋ ਇੱਥੇ ਦੀਆਂ ਸੰਗਤਾਂ ਨੇ ਸਹਿਯੋਗ ਦਿੱਤਾ ਸੀ, ਤੋ ਇਸ ਕਾਰਨ ਹੀ ਜਿਹੜਾ ਹੈ ਅੱਜ ਜਿਹੜਾ ਹੈ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੱਲੋਂ ਇਹਨਾਂ ਨੂੰ ਜਿਹੜਾ ਹੈ ਅਸੀਂ ਸਨਮਾਨਿਤ ਕੀਤਾ ਹੈ। ਔਰ ਉਮੀਦ ਕਰਦੇ ਹਾਂ ਕਿ ਸਾਰੀਆਂ ਹੀ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਇੱਥੇ ਦੀਆਂ ਸੈਂਟਰ ਕਮੇਟੀ, ਇੱਥੇ ਦੀ ਸੈਂਟਰ ਇਸਤਰੀ ਸਤਸੰਗ ਸਭਾ, ਇੱਥੇ ਦੀ ਨੌਜਵਾਨ ਸਭਾ, ਹੋਰ ਸਾਰੇ ਹੀ ਜਿਹੜੇ ਸਾਡੀਆਂ ਇੱਥੇ ਦੀਆਂ ਹੋਰ ਜਿਹੜੇ ਜਥੇਬੰਦੀਆਂ ਹਨ, ਉਹ ਸਾਰਿਆਂ ਨੇ ਜੋ ਭਰਵਾਂ ਸਾਨੂੰ ਸਹਿਯੋਗ ਦਿੱਤਾ ਹੈ। ਔਰ ਖਾਸ ਤੌਰ ਜਿਹੜੀ ਬੀਬੀਆਂ ਨੇ, ਆਪਣੇ ਪ੍ਰਧਾਨ ਬੀਬੀ ਕਮਲਜੀਤ ਕੌਰ ਅਤੇ ਉਹਨਾਂ ਦਾ ਜਿਹੜਾ ਪੂਰਾ ਜਥਾ ਹੈ, ਉਹਨਾਂ ਦਾ ਅਸੀਂ ਉਹਨਾਂ ਦਾ ਵੀ ਖਾਸ ਤੌਰ 'ਤੇ ਧੰਨਵਾਦ ਕਰਦੇ ਹਾਂ, ਕਿਉਂਕਿ ਲਗਾਤਾਰ ਜਿਹੜਾ 65 ਦਿਨ ਜਿਹੜਾ ਹੈ ਜਿਹੜੀ ਜਾਗ੍ਰਿਤੀ ਯਾਤਰਾ ਚੱਲੀ ਉਹ ਨਾਲ ਨਾਲ ਹੀ ਸਾਡੇ ਰਹੀਆਂ ਹਨ, ਅਤੇ ਉਹਨਾਂ ਦਾ ਬਹੁਤ ਜ਼ਿਆਦਾ ਯੋਗਦਾਨ ਹੈ ਜਿਹਨੂੰ ਭੁਲਾਇਆ ਨਹੀਂ ਜਾ ਸਕਦਾ ਹੈ। ਸੋ ਅਸੀਂ ਇਸ ਮੌਕੇ 'ਤੇ ਸਮੂਹ ਸੰਗਤਾਂ ਦਾ, ਪੂਰੇ ਵਿਸ਼ਵ ਦੀਆਂ ਸੰਗਤਾਂ ਦਾ, ਇੱਥੇ ਦੀ ਸਮੂਹ ਸੰਗਤਾਂ ਦਾ, ਇੱਥੇ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ, ਸਾਡੀਆਂ ਆਪਣੀਆਂ ਮਾਤਾਵਾਂ ਭੈਣਾਂ ਦਾ ਅਸੀਂ ਅੱਜ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਔਰ ਉਮੀਦ ਕਰਦੇ ਹਾਂ ਕਿ ਇਸੇ ਪ੍ਰਕਾਰ ਉਹਨਾਂ ਦਾ ਜਿਹੜਾ ਭਰਵਾਂ ਸਾਨੂੰ ਸਹਿਯੋਗ ਮਿਲਦਾ ਰਹੇਗਾ। ਔਰ ਆਉਣ ਵਾਲੇ ਸਮੇਂ 'ਚ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਵੱਧ ਚੜ੍ਹ ਕੇ ਜਿਹੜੀ ਹੈ ਕੌਮ ਦੀ, ਸਮਾਜ ਦੀ, ਦੇਸ਼ ਦੀ ਅਸੀਂ ਸੇਵਾ ਕਰ ਸਕੀਏ। ਮੈਂ ਫਿਰ ਇੱਕ ਵਾਰ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਜਮਸ਼ੇਦਪੁਰ ਦੇ ਗੁਰਦੁਆਰਾ ਸਾਕਚੀ ਵਿਖੇ 2 ਰੋਜ਼ਾ ਸਮਾਗਮ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ। ਸੋ ਦਰਸ਼ਕੋ, ਸਾਡੀ ਖਾਸ ਪੇਸ਼ਕਸ਼ ਵਿੱਚ ਇਹਨਾਂ ਹੀ। ਅਗਲੇ ਵਾਰ ਇਸੇ ਪ੍ਰੋਗਰਾਮ ਵਿੱਚ ਕਿਸੇ ਹੋਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ। ਉਦੋਂ ਤੱਕ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।